ਕੱਲ ਸ਼ਾਮ ਨੂੰ ਸਾਡੇ ਕੋਲੇ ਮਹਿੰਦਰ ਕੁਮਾਰ ਜਿਹੜੇ ਸੁਰਿੰਦਰ ਡੇਅਰੀ ਦੇ ਮਾਲਕ ਨੇ, ਉਹਨਾਂ ਨੇ ਇਤਲਾਹ ਦਿੱਤੀ ਸੀ ਵੀ ਉਹ ਤੇ ਸੰਜੇ ਗੋਇਲ ਕੱਲ ਸਵੇਰ ਸੈਰ ਕਰ ਰਹੇ ਸੀ ਮੰਡੀ ਦੇ ਵਿੱਚ, ਤੇ ਉਹਨਾਂ ਨੂੰ ਇਕਬਾਲ ਸਿੰਘ ਉਰਫ ਘਾਲੂ ਵਾਸੀ ਆਖਲੀਆ ਜਲਾਲ ਨੇ ਧਮਕੀ ਦਿੱਤੀ ਪਿਸਤੌਲ ਦਿਖਾ ਕੇ 12 ਬੋਰ ਦਾ, ਵੀ ਜੇ ਉਹ ਦੋਨੇ 5-5 ਲੱਖ ਰੁਪਇਆ ਨਹੀਂ ਦਿੰਦੇ ਤੇ ਉਹਨਾਂ ਨੂੰ ਮਾਰ ਦਿੱਤਾ ਜਾਊਗਾ। ਤੇ ਉਹਨੇ ਇਹ ਵੀ ਧਮਕੀ ਦਿੱਤੀ, ਮੈਂ ਗੁਰਪ੍ਰੀਤ ਸੇਖੋਂ ਗੈਂਗ ਦਾ ਮੈਂਬਰ ਹਾਂ ਤੇ ਤੁਹਾਨੂੰ ਇਹ ਜੇ ਨਾ ਪੈਸੇ ਮਿਲੇ ਤਾਂ ਫਿਰ ਤੁਹਾਨੂੰ ਇਹਦਾ ਅੰਜਾਮ ਭੁਗਤਣਾ ਪਏਗਾ। ਉਹਨਾਂ ਨੇ ਆ ਕੇ ਮਹਿੰਦਰ ਕੁਮਾਰ ਦੇ ਬਿਆਨ ਤੇ ਅਸੀਂ ਪਰਚਾ ਦਰਜ ਕੀਤਾ, ਤੇ ਪਰਚਾ ਦਰਜ ਕਰਨ ਤੋਂ ਉਪਰੰਤ ਅਸੀਂ ਜਦੋਂ ਇਹਦੀ ਤਫਤੀਸ਼ ਕੀਤੀ ਤਾਂ ਉਹਨੂੰ ਅਸੀਂ ਪਿੰਡੋਂ ਹੀ ਉਹਦੇ ਮੋਟਰ ਤੋਂ ਅਰੈਸਟ ਕਰ ਲਿਆ। ਉਹਦੇ ਕੋਲੋਂ ਅਸੀਂ 12 ਬੋਰ ਦਾ ਪਿਸਤੌਲ ਤੇ 12 ਬੋਰ ਦੇ 4 ਜਿੰਦਾ ਕਾਰਤੂਸ, ਇੱਕ ਕਾਰਤੂਸ ਜਿੰਦਾ, 315 ਬੋਰ ਬਰਾਮਦ ਕਰ ਲਿਆ, ਤੇ ਜਿਹਦੀ ਹੁਣ ਪੇਸ਼ ਕਰਨ ਗਏ ਨੇ। ਇਹਦਾ ਪੁਲਿਸ ਰਿਮਾਂਡ ਲੈ ਕੇ ਹੋਰ ਤਫਤੀਸ਼ ਕਰਕੇ ਇਹ ਤੋਂ ਹੋਰ ਵੀ ਬਰਾਮਦਗੀ ਹੋ ਸਕਦੀ।